ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਬੀ ਸ਼ੀਨਾ ਆਲ ਇਨ ਵਨ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਕਿੱਦਾਂ? ਸਭ ਠੀਕ ਠਾਕ? ਉਮੀਦ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ। ਇੱਧਰ ਬਣਦੇ ਜੀ ਬ੍ਰੈਡ ਪਕੌੜੇ ਅਤੇ ਆਲੂ ਪਿਆਜ਼ ਵਾਲੇ ਪਕੌੜੇ। ਅਤੇ ਛੁੱਟੀਆਂ ਪਈਆਂ ਹੋਈਆਂ ਬੱਚਿਆਂ ਨੂੰ, ਛੁੱਟੀਆਂ ਹੋਣ ਕਰਕੇ ਮੈਂ ਬੰਬੇ ਵਾਲੇ ਸਿਸਟਰ ਆਏ, ਰੌਣਕਾਂ ਲੱਗੀਆਂ ਹੋਈਆਂ ਨੇ। ਅਸੀਂ ਭੈਣਾਂ ਭੈਣਾਂ ਜਿਹੜੀਆਂ ਵਾ ਉਹ ਬਹੁਤ ਇੰਜੋਏ ਕਰਨ ਡਏ ਹਾਂ। ਅਤੇ ਜਿਹੜੀਆਂ ਅੱਗੇ ਸਾਡੀਆਂ ਉਹਨਾਂ ਦੀਆਂ ਬੇਟੀਆਂ ਨੇ, ਉਹ ਵੀ ਭੈਣਾਂ ਭੈਣਾਂ ਖੂਬ ਮਸਤੀ ਕਰਨ ਡਏ। ਚਾਹ ਬਣ ਗਈ, ਪਕੌੜੇ ਬਣ ਗਏ ਆ, ਸਾਰਿਆਂ ਨੇ ਪੀਤੀ ਚਾਹ, ਖਾਧੇ ਪਕੌੜੇ। ਧੁੰਦ ਬਹੁਤ ਜ਼ਿਆਦਾ ਬਾਹਰ ਪਈ ਹੋਈ ਆ, ਬਾਹਰ ਧੁੰਦ ਦੇ ਬਾਰਿਸ਼ ਵੰਗਰਾਂ ਹੋਈ ਆ। ਉਸ ਤੋਂ ਬਾਅਦ 'ਚ ਅਸੀਂ ਦੋਨਾਂ ਭੈਣਾਂ ਨੇ ਫਿਰ ਪੀ ਲਈ ਹੈ ਚਾਹ। ਜਿਹੜੇ ਸਰਦਾਰ ਜੀ, ਜਿਹੜੇ ਮੇਰੇ ਬੰਬੇ ਵਾਲੇ ਜੀਜੂ ਨੇ, ਉਹ ਗਏ ਹੋਏ ਨੇ ਬਾਜ਼ਾਰ ਕਿਸੇ ਕੰਮ। ਇੱਧਰ ਇਹ ਭੈਣਾਂ ਭੈਣਾਂ ਡਈਆਂ ਨੇ ਮਸਤੀ ਕਰਨ, ਮੇਰੀ ਬੇਟੀ, ਮੇਰੇ ਬੰਬੇ ਵਾਲੇ ਸਿਸਟਰ ਦੀ ਬੇਟੀ ਮੇਰੀ, ਯਾਨੀ ਕਿ ਮੇਰੀ ਭਨੇਵੀ ਰੀਤ ਅਤੇ ਰੀਤ ਦੀ ਮਾਸੀ ਦੀ ਬੇਟੀ, ਦੋਨੋਂ ਡਈਆਂ ਨੇ। ਨਾਲ ਟੀ ਵੀ ਦੇਖਣ ਡੀਆਂ ਨੇ, ਨਾਲੇ ਇਹਨਾਂ ਦਾ ਗਿੱਧਾ ਭੰਗੜਾ ਚੱਲਣ ਡਿਆ। ਇੱਧਰ ਹੁਣ ਮੈਂ ਬਣਾਉਣ ਡਈ ਹਾਂ ਰੋਟੀ, ਫਿਰ ਖਾਧੀ ਸਾਰਿਆਂ ਨੇ ਰੋਟੀ। ਅੱਜ ਸਾਡਾ ਪਲੈਨ ਹੈ ਵੀ ਜਾਵਾਂਗੇ ਡੈਡੀ ਜੀ ਉਹਨਾਂ ਕੋਲ, ਯਾਨੀ ਕਿ ਪੇਕੇ ਪਿੰਡ। ਇੱਧਰ ਸਾਰੇ ਜਣ ਸ਼ਾਮ ਦੀ ਚਾਹ ਪੀਣ ਤੋਂ ਬਾਅਦ ਹੋ ਚੁੱਕੇ ਰੈਡੀ, ਹੁਣ ਅਸੀਂ ਚੱਲੇ ਹਾਂ ਪੇਕੇ ਪਿੰਡ। ਧੁੰਦ ਬਹੁਤ ਜ਼ਿਆਦਾ ਪਈ ਹੋਈ ਆ, ਅਸੀਂ ਬਹੁਤ ਮੁਸ਼ਕਲ ਪਹੁੰਚੇ ਪਿੰਡ, ਧੁੰਦ ਪੈਣ ਕਰਕੇ ਅਸੀਂ ਬਹੁਤ ਮੁਸ਼ਕਲ ਪਹੁੰਚੇ। ਨੈਕਸਟ ਡੇ ਮੋਰਨਿੰਗ ਇੱਧਰ ਬਣ ਚੁੱਕਿਆ ਪੋਹਾ। ਪਹਿਲਾਂ ਸਾਰਿਆਂ ਨੇ ਬ੍ਰੇਕਫਾਸਟ ਕੀਤਾ, ਪੋਹਾ ਖਾਧਾ ਅਤੇ ਚਾਹ ਪੀਤੀ। ਉਸ ਤੋਂ ਬਾਅਦ ਵਿੱਚ ਠੰਡ ਹੋਣ ਕਰਕੇ ਫਿਰ ਸਾਰਿਆਂ ਦਾ ਚਾਹ ਪੀਣ ਦਾ ਦਿਲ ਸੀ, ਫਿਰ ਕੁਝ ਮਿੱਠਾ ਬਣ ਗਿਆ, ਫਿਰ ਬਣੀ ਚਾਹ ਮੇਰੀ ਸਿਸਟਰ ਨੇ, ਬੰਬੇ ਵਾਲੀ ਸਿਸਟਰ ਨੇ। ਬਹੁਤ ਹੀ ਟੇਸਟ ਜਿਹੜਾ ਬੇਸਣ ਬਣਾਇਆ ਮੇਰੀ ਬੰਬੇ ਵਾਲੀ ਸਿਸਟਰ ਨੇ। ਪੀਂਦੇ ਹਾਂ ਚਾਹ। ਇੱਧਰ ਬਣ ਗਈ ਜੀ ਚਣੇ ਦੀ ਸਬਜ਼ੀ, ਇਹ ਵੀ ਬਣਾਈ ਮੇਰੇ ਬੰਬੇ ਵਾਲੀ ਸਿਸਟਰ ਨੇ। ਨਾਲ ਬਣ ਗਏ ਰਾਈਸ, ਨਾਲ ਬਣ ਗਈਆਂ ਨੇ ਗਰਮਾ ਗਰਮ ਰੋਟੀਆਂ। ਹੁਣ ਸਾਰਿਆਂ ਜਣਿਆਂ ਨੇ ਖਾਧੀ ਰੋਟੀ। ਨੈਕਸਟ ਮੋਰਨਿੰਗ ਬਣ ਚੁੱਕੀ ਹੈ ਚਾਹ। ਹਵੇਲੀ ਵੱਲ ਸਾਰੇ ਜਣੇ ਠੰਡ ਦੇ ਨਜ਼ਾਰੇ ਦੇਖਣ ਡੇ, ਨਾਲ ਪੀਣ ਡੇ ਨੇ ਚਾਹ। ਉਸ ਤੋਂ ਬਾਅਦ ਵਿੱਚ ਬਣ ਲੱਗ ਗਏ ਨੇ ਜੀ ਆਲੂ ਪਰੌਂਠੇ। ਸਰਦਾਰ ਜੀ ਦੇਖੋ ਕੀ ਕਰਨ ਡੇ, ਇਹ ਆਪਣੇ ਵਿੱਚ ਪੁਆਇੰਟ ਬਣਾਉਂਦੇ ਰਹਿੰਦੇ। ਸਾਰਿਆਂ ਨੇ ਖਾਧੇ ਆਲੂ ਪਰੌਂਠੇ। ਉਸ ਤੋਂ ਬਾਅਦ ਸਿਸਟਰ ਮੇਰੀ ਨੇ ਬਣਾਈ ਮਟਰ ਪਨੀਰ ਦੀ ਸਬਜ਼ੀ, ਨਮਕੀਨ ਰਾਈਸ, ਦਹੀਂ। ਇੱਧਰ ਰੀਤ ਡੇ ਨੇ ਖਾਣ, ਨਾਲ ਬਣਾਈ ਸੀ ਆਲੂ ਗੋਭੀ ਮਟਰ ਦੀ ਸਬਜ਼ੀ, ਮਟਰ ਪਨੀਰ। ਅਸੀਂ ਖੋਲ੍ਹੀ ਸੀ ਪੇਟੀ, ਅਤੇ ਇਹ ਮੇਰੀ ਮਾਸੀ ਜੀ ਜਿਹੜੇ ਵੱਡੇ ਸਨ ਉਹਨਾਂ ਦੇ ਹੱਥ ਦਾ ਜਿਹੜਾ ਕੱਢਿਆ ਹੋਇਆ, ਕਢਾਈ ਕੀਤੀ ਹੋਈ ਆ ਬੈੱਡਸ਼ੀਟ, ਇਹਨੂੰ ਸੈੱਟ ਵੀ ਬੋਲਦੇ ਆ। ਇਹ ਮਾਸੀ ਜੀ ਹੁਣਾਂ ਨੇ ਬੈੱਡਸ਼ੀਟ ਜਿਹੜੀ ਆ ਉੱਤੇ ਆਪਣੇ ਹੱਥ ਨਾਲ ਕਢਾਈ ਕਰਕੇ ਮੈਨੂੰ ਦਿੱਤਾ ਸੀ ਗਿਫਟ। ਚਾਰ ਸੈੱਟ ਸਨ ਇਹ, ਅਤੇ ਇਹ
ਇੱਕ ਸੈੱਟ ਜਿਹੜਾ ਉਹ ਮੈਂ ਲੈ ਚੱਲੀ ਹਾਂ, ਇੱਕ ਮੈਂ ਆਪਣੀ ਬੋਂਬੇ ਵਾਲੀ ਸਿਸਟਰ ਨੂੰ ਗਿਫਟ ਕਰ ਦਿੱਤਾ। ਮੇਰੇ ਵੱਡੇ ਮਾਸੀ ਜੀ ਹੋਣੀ ਹੁਣ ਦੁਨੀਆਂ 'ਤੇ ਨਹੀਂ ਹੈਗੇ, ਬਟ ਉਹਨਾਂ ਦੀਆਂ ਯਾਦਾਂ ਜਿਹੜੀਆਂ ਅਜੇ ਵੀ ਸਾਡੇ ਕੋਲ ਸਾਂਭੀਆਂ ਪਈਆਂ ਨੇ। ਇਹ ਜਿਹੜੀ ਡੋਲ ਆ, ਜਦੋਂ ਮੈਂ ਆਰਟ ਐਂਡ ਕਰਾਫਟ ਡਿਪਲੋਮਾ ਕਰਦੀ ਸੀ ਉਦੋਂ ਮੈਂ ਬਣਾਈ ਸੀ। ਇਹ ਹੁਣ ਮੈਂ ਆਪਣੀ ਭਣੇਵੀ ਨੂੰ ਗਿਫਟ ਕਰ ਦਿੱਤੀ ਆ। ਮੇਰੀ ਭਣੇਵੀ ਨੂੰ ਬੋਂਬੇ ਲੈ ਕੇ ਜਾਣਗੇ ਖੇਡਣ ਲਈ। ਹੁਣ ਅਸੀਂ ਚੱਲੇ ਹਾਂ ਵਾਪਸ ਆਪਣੇ ਪਿੰਡ ਛੀਨੇ। ਮੈਂ ਆਪਣੀ ਸਿਸਟਰ ਨੂੰ ਮਿਲਦੀ ਪਈ ਇੱਥੇ। ਜਾਣ ਦਾ ਦਿਲ ਤਾਂ ਨਹੀਂ ਕਰਨ ਡਿਆ, ਬਟ ਰੀਤ ਦੀਆਂ ਛੁੱਟੀਆਂ ਹੋ ਚੁੱਕੀਆਂ ਖਤਮ, ਜਾਣਾ ਹੀ ਪੈਣਾ ਆਪਣੇ ਪਿੰਡ। ਰੀਤ ਨੇ ਜਾਣਾ ਸਕੂਲ, ਇੱਧਰ ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਛੁੱਟੀਆਂ 'ਚ ਇੰਜੋਏ ਕੀਤਾ। ਅਸੀਂ ਵਾਪਸ ਆ ਗਏ ਹਾਂ ਅੱਜ ਆਪਣੇ ਪਿੰਡ, ਪਹੁੰਚ ਚੁੱਕੇ ਹਾਂ ਅਸੀਂ ਆਪਣੇ ਛੀਨੇ ਪਿੰਡ। ਮੇਰੀ ਸਿਸਟਰ ਹੋਣਾ ਕੱਲ੍ਹ ਚਲੇ ਜਾਣਾ ਵਾਪਸ ਬੋਂਬੇ। ਸਬਜ਼ੀਆਂ ਜਿਹੜੀਆਂ ਮੇਰੀ ਸਿਸਟਰ ਨੇ ਬਣਾ ਕੇ ਨਾਲ ਹੀ ਮੈਨੂੰ ਪੈਕ ਕਰਤੀਆਂ ਸੀ, ਤਾਂ ਕਿ ਉਹਨਾਂ ਦੇ ਮਨ 'ਚ ਦੀਦੀ ਨੂੰ ਘਰ ਜਾ ਕੇ ਇੰਨਾ ਕੰਮ ਨਾ ਕਰਨਾ ਪਏ। ਆਹ ਦੇਖੋ ਮੈਂ ਸਬਜ਼ੀ ਕਰ ਲਈ, ਮਟਰ ਪਨੀਰ ਵੀ ਗਰਮ ਕਰ ਲਿਆ, ਅਤੇ ਆਲੂ ਗੋਭੀ ਦੀ ਸਬਜ਼ੀ ਜਿਹੜੀ ਆ ਉਹ ਵੀ ਗਰਮ ਕਰਨ ਲਈ ਰੱਖੀ ਆ ਦੂਸਰੀ ਸਾਈਡ 'ਤੇ। ਇੱਧਰ ਮੈਂ ਬਣਾਈਆਂ ਨੇ ਗਰਮਾ ਗਰਮ ਰੋਟੀਆਂ, ਅਸੀਂ ਸਾਰਿਆਂ ਨੇ ਖਾਧੀ ਰੋਟੀ। ਆਣ ਕੇ ਬਸ ਮੈਨੂੰ ਰੋਟੀਆਂ ਬਣਾਉਣੀਆਂ ਪਈਆਂ ਸੀ, ਅਤੇ ਸਬਜ਼ੀਆਂ ਤਾਂ ਮੇਰੀ ਸਿਸਟਰ ਨੇ ਬਣਾ ਕੇ ਨਾਲ ਪੈਕ ਕਰ ਦਿੱਤੀਆਂ ਸੀ। ਅਸੀਂ ਖਾਧੀ ਆਲੂ ਗੋਭੀ ਮਟਰ ਪਨੀਰ ਦੀ ਸਬਜ਼ੀ ਨਾਲ ਰੋਟੀ। ਇਹ ਸਾਡਾ ਛੋਟਾ ਜਿਹਾ ਵਲੋਗ, ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੋਗ ਵਿੱਚ।